ਜਿੱਦਾਂ ਆਪਾਂ ਥੋੜੇ ਜੇ ਹਫਤੇ ਪਹਿਲਾਂ ਕਿਸੇ ਨੂੰ ਇੰਟਰਵਿਊ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਮੋਸਟਲੀ ਜਦੋਂ ਕੁੜੀਆਂ ਪ੍ਰੈਗਨੈਂਟ ਹੁੰਦੀਆਂ ਨੇ ਹਨਾ ਲੇਡੀਜ਼ ਤਾਂ ਉਸੇ ਵਕਤ ਆਪਾਂ ਡਾਕਟਰ ਕੋਲ ਜਾਂਦੇ ਆ ਜਦਕਿ ਤੁਹਾਨੂੰ ਡਾਕਟਰ ਕੋਲ ਉਸ ਤੋਂ ਪਹਿਲਾਂ ਚਲੇ ਜਾਣਾ ਚਾਹੀਦਾ ਮਤਲਬ ਤੁਹਾਨੂੰ ਆਪਣਾ ਇੱਕ ਬਾਡੀ ਚੈੱਕਅਪ ਕਰਾਉਣਾ ਚਾਹੀਦਾ ਕਿ ਜੇ ਤੁਸੀਂ ਅਗਲੇ ਕੁਝ ਕੁ ਮਹੀਨਿਆਂ ਦੇ ਵਿੱਚ ਬੱਚਾ ਸੋਚ ਰਹੇ ਹੋ ਕਿ ਤੁਸੀਂ ਬੱਚਾ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਇੱਕ ਪ੍ਰੀ ਚੈੱਕਅਪ ਹੋਣਾ ਚਾਹੀਦਾ ਕਿ ਇਹ ਸੱਚੀ ਲਾਜ਼ਮੀ ਹੈ ਇਹ ਬਿਲਕੁਲ ਠੀਕ ਗੱਲ ਹੈਗੀ ਹੈ ਮਤਲਬ ਕਿ ਬੱਚੇ ਬਾਰੇ ਸੋਚਣ ਤੋਂ ਵੀ ਪਹਿਲਾਂ ਸਾਰਿਆਂ ਨੂੰ ਚਾਹੀਦਾ ਵੀ ਹਰ ਸਾਲ ਕਿਸੇ ਡਾਕਟਰ ਕੋਲ ਜਾਣ ਤਾਂ ਕਿ ਉਹਨਾਂ ਦੀ ਪੂਰੀ ਚੈੱਕਅਪ ਹੋਵੇ ਬਟ ਸਪੈਸ਼ਲੀ ਜਦ ਤੁਸੀਂ ਤਿਆਰੀ ਕਰ ਰਹੇ ਹੋ ਵੀ ਅਸੀਂ ਬੱਚਾ ਕਰਨਾ ਚਾਹ ਰਹੇ ਹਾਂ ਤਾਂ ਫੇਰ ਤਾਂ ਸਪੈਸ਼ਲੀ ਤੁਹਾਡੀ ਇਹ ਚੀਜ਼ ਇੰਪੋਰਟੈਂਟ ਹੈ ਤੇ ਮੈਂ ਇਹ ਕਹੂੰਗੀ ਵੀ ਨਾ ਕਿ ਸਿਰਫ ਤੁਸੀਂ ਜਨਰਲ ਡਾਕਟਰ ਕੋਲ ਜਾਓ ਪਰ ਤੁਹਾਨੂੰ obstetrics ਜਾਂ gynecology ਦੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਪਹਿਲਾਂ ਕਿਉਂਕਿ ਹੁਣ ਮੈਂ ਇੱਥੇ ਦਾ ਨਹੀਂ ਕਹਿ ਸਕਦੀ ਇੰਡੀਆ ਵਿੱਚ ਕਿੱਦਾਂ ਔਰਤਾਂ ਦੀ ਚੈੱਕਅપ્ਸ ਹੁੰਦੀਆਂ ਨੇ ਪਰ ਉੱਥੇ ਸਾਡਾ ਕੀ ਹੁੰਦਾ ਹੈ ਵੀ ਅਸੀਂ ਗਾਇਨਕੋਲੋਜਿਸਟ ਨਾਲ ਜਦੋਂ ਤੁਸੀਂ 18 ਸਾਲ ਦੇ ਹੋ ਜਾਂਦੇ ਹੋ ਜਾਂ 21 ਸਾਲ ਦੇ ਉਹਦੇ ਵਿੱਚ ਦੇ ਟਾਈਮ ਵਿੱਚ ਤੁਸੀਂ ਆਪਣਾ ਰਿਲੇਸ਼ਨਸ਼ਿਪ ਗਾਇਨਕੋਲੋਜਿਸਟ ਨਾਲ ਐਸਟੈਬਲਿਸ਼ ਕਰ ਲੈਂਦੇ ਹੋ ਤੇ ਹਰ ਸਾਲ ਤੁਹਾਡੀ ਗਾਇਨਕੋਲੋਜੀ ਦੀ ਸਪੈਸ਼ਲ ਵਿਜ਼ਿਟ ਹੁੰਦੀ ਹੈ ਉਹਦੇ ਵਿੱਚ ਤੁਹਾਡੇ ਗਾਇਨਕੋਲੋਜੀਕਲ ਐਗਜ਼ਾਮਸ ਵੀ ਹੁੰਦੇ ਨੇ ਤੇ ਉਹਦੇ ਵਿੱਚ ਸਿਰਫ ਚੈੱਕ ਅਪ ਲਈ ਵੀ ਸਾਰਾ ਕੁਝ ਠੀਕ ਹੈਗਾ ਕਿਉਂਕਿ ਇਹ ਕਈ ਚੀਜ਼ਾਂ ਨੇ ਵਿਆਹ ਤੋਂ ਪਹਿਲਾਂ ਵੀ ਤੁਹਾਨੂੰ ਕਈ ਪ੍ਰੋਬਲਮਸ ਆ ਸਕਦੀਆਂ ਨੇ ਹੈਨਾ ਬਹੁਤ ਜ਼ਿਆਦਾ ਤੇ ਇਹ ਚੀਜ਼ਾਂ ਜਦ ਤੱਕ ਤੁਸੀਂ ਜਾਓਗੇ ਨਹੀਂ ਡਾਕਟਰ ਕੋਲ ਤੁਹਾਨੂੰ ਪਤਾ ਨਹੀਂ ਚੱਲੂਗਾ ਵੀ ਇਹ ਪ੍ਰੋਬਲਮਸ ਹੈਗੀਆਂ ਨੇ ਤੇ ਇਹਨਾਂ ਦੇ ਕੀ ਸੋਲੂਸ਼ਨ ਨੇ ਕੀ ਹੱਲ ਹੋ ਸਕਦੇ ਨੇ ਇਹਨਾਂ ਨੂੰ ਤਾਂ ਕਿਦਾਂ ਅਸੀਂ ਕਿਦਾਂ ਅਸੀਂ ਵੀ ਦੇਖਪਾਲ ਕਰੀਏ ਤੇ ਇਹ ਕਾਫੀ ਇੰਪੋਰਟੈਂਟ ਚੀਜ਼ ਹੈ ਵੀ ਉਹ ਪਹਿਲਾਂ ਸਾਰਾ ਚੈੱਕ ਅਪ ਕਰਨ ਕਿਉਂਕਿ ਜਦ ਤੁਸੀਂ ਜਨਰਲ ਡਾਕਟਰ ਕੋਲ ਜਾਂਦੇ ਹੋ ਉਹ ਸਪੈਸ਼ਲੀ ਤੁਹਾਡੇ ਰੀਪਰੋਡਕਟਿਵ ਆਰਗਨਸ ਬਾਰੇ ਜ਼ਿਆਦਾ ਚੈੱਕ ਅਪ ਨਹੀਂ ਕਰਦੇ ਤੁਹਾਡੀ ਯੂਟਰਸ ਓਵਰੀਜ਼ ਵਗੈਰਾ ਨੂੰ ਨਹੀਂ ਚੈੱਕ ਕਰਦੇ ਤੇ ਉਹਨਾਂ ਵਿੱਚ ਜੇ ਕੋਈ ਪ੍ਰੋਬਲਮ ਹੋਵੇ ਤਾਂ ਤੁਹਾਡਾ ਬੱਚਾ ਕਰਨ ਵਿੱਚ ਕਾਫੀ ਦਿੱਕਤ ਹੋ ਸਕਦੀ ਹੈ ਸੋ ਮੈਂ ਇਹ ਕਹੂੰਗੀ ਵੀ ਪਹਿਲਾਂ ਤੋਂ ਥੋੜਾ ਜਿਹਾ ਤਾਂ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਹੈ ਪਰ اسپੈਸ਼ਲੀ ਉਦੋਂ ਤੇ ਨਾਲੇ ਆਪਣੇ ਵਿਟਾਮਿਨਸ ਵਗੈਰਾ ਚੈੱਕ ਕਰਵਾਉਣੇ ਪਹਿਲਾਂ ਕਿਉਂਕਿ ਬੱਚਾ ਜਦੋਂ ਤੁਸੀਂ ਕਰ ਰਹੇ ਹੋ ਸੋਚ ਸੋਚ ਰਹੇ ਹੋ ਬੱਚਾ ਕਰਨ ਦੀ ਤਾਂ ਤੁਹਾਡੇ ਬੋਡੀ ਵਿੱਚ ਜੋ ਵਿਟਾਮਿਨਸ ਮਿਨਰਲਸ ਤੇ ਨਿਊਟ੍ਰੀਐਂਟਸ ਹੈਗੇ ਨੇ ਸਿਰਫ ਉਹੀ ਬੱਚੇ ਵੱਲ ਜਾਣਗੇ ਤੇ اسپੈਸ਼ਲੀ अर्ली अर्ली પ્રેਗਨੈਂਸੀ ਵਿੱਚ 3 ਹਫਤਿਆਂ ਤੋਂ 8 ਹਫਤਿਆਂ ਤੱਕ ਜੋ ਵਿਟਾਮਿਨਸ ਬੱਚੇ ਨੂੰ ਚਾਹੀਦੇ ਨੇ ਜੇ ਉਹ ਨਾ ਮਿਲਣ ਉਹ ਬਹੁਤ ਹੀ ਫੇਟਲ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਲੀਥਲ ਅਨਾਰਮਲੀ ਹੋ ਸਕਦੀਆਂ ਨੇ ਬੱਚੇ ਵਿੱਚ ਜਿਹਦੇ ਕਾਰਨ ਮਿਸਕਾਰੇजेस ਹੋ ਜਾਂਦੀਆਂ ਨੇ ਹਾਂਜੀ ਇਹ ਵੀ ਬਹੁਤ ਮਤਲਬ ਆਮ ਹੀ ਹੋ ਗਈ ਹੈ ਬਹੁਤ ਹੀ ਐਂ ਵੈਸੇ ਇੱਕ ਹੈ ਬੜੀ ਕਾਮਨ ਚੀਜ਼ ਕਹਿੰਦੇ ਨੇ 25% ਜਿਹੜੀਆਂ ਪ੍ਰੈਗਨancies ਹੁੰਦੀਆਂ ਨੇ ਉਹ ਮਿਸਕਾਰੇਜ ਵਿੱਚ ਰਿਜ਼ਲਟ ਕਰਦੀਆਂ ਨੇ ਹਾਂਜੀ ਸੋ ਚਾਰ ਔਰਤਾਂ ਵਿੱਚੋਂ ਇੱਕ ਔਰਤ ਦੀ ਪ੍ਰੈਗਨਨਸੀ ਦਾ ਮਿਸਕਾਰੇਜ ਹੋਊਗਾ ਐਂਡ ਇਹ ਸਾਡਾ ਸਟੈਂਡਰਡ ਹੈ ਸਾਡਾ ਪਰਸੈਂਟੇਜ ਹੁਣ ਪਰ ਸਪੈਸ਼ਲੀ ਇੰਨੀ ਛੇਤੀ ਪ੍ਰੈਗਨਨਸੀ ਵਿੱਚ ਜਦੋਂ ਕਈ ਔਰਤਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਅਸੀਂ ਹਜੇ ਪ੍ਰੈਗਨੈਂਟ ਹੈਗੇ ਆਂ